ਦੀਵਾਲੀ ਦੀ ਰਾਤ ਨੂੰ ਫਿਰੋਜ਼ਪੁਰ ਸ਼ਹਿਰ ਦੇ ਕਰੀਬ 16-17 ਸਾਲ ਦੇ ਮੁੰਡੇ ਅਨਿਕੇਤ ਭੰਡਾਰੀ ਪੁੱਤਰ ਸੁਭਾਸ਼ ਭੰਡਾਰੀ ਨਿਵਾਸੀ ਭਾਰਤ ਨਗਰ ਫਿਰੋਜ਼ਪੁਰ ਸ਼ਹਿਰ ਦੇ ਹੋਏ ਅੰਨੇ ਕਤਲ ਦੇ ਸਬੰਧੀ SSP ਫਿਰੋਜ਼ਪੁਰ ਪ੍ਰੀਤਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸਬ ਇੰਸਪੈਕਟਰ ਗੁਰਦੇਵ ਸਿੰਘ ਦੀ ਅਗਵਾਈ ਦੇ ਵਿੱਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ ਗੁੱਥੀ ਨੂੰ ਸੁਲਝਾ ਲਿਆ ਅਤੇ ਅਨਿਕੇਤ ਭੰਡਾਰੀ ਦਾ ਕਤਲ ਕਰਨ ਵਾਲੇ ਦੋਨਾਂ ਕਥਿਤ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ। ਮੁਕੱਦਮਾ ਨੰਬਰ 248 ਮਿਤੀ 8/11/18 ਅਧੀਨ ਧਾਰਾ 302-201-34 APC ਵਿੱਚ ਅਣਪਛਾਤੇ ਲੜਕੇ ਦੀ ਲਾਸ਼ ਮਿਲਣ 'ਤੇ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸਦੇ ਸੰਬੰਧ ਵਿੱਚ ਲਾਸ਼ ਦੀ ਸ਼ਨਾਖਤ ਹੋਣ 'ਤੇ ਲਾਸ਼ ਅਨਿਕੇਤ ਭੰਡਾਰੀ ਪੁੱਤਰ ਸੁਭਾਸ਼ ਭੰਡਾਰੀ ਦੀ ਪਾਈ ਗਈ, ਜੋ ਮਦਈ ਪਾਰਟੀ ਵੱਲੋਂ ਦੋਸ਼ੀਆਂ ਨੂੰ ਮੱਟੂ ਬਾਵਾ ਅਤੇ ਗੁਰਵਿੰਦਰ ਫਗੋਰੀ 'ਤੇ ਕਤਲ ਕਰਨ ਦਾ ਸ਼ੱਕ ਜ਼ਾਹਰ ਕੀਤਾ ਗਿਆ, ਜਿਨ੍ਹਾਂ ਨੂੰ ਟੈਕਨੀਕਲ ਤਰੀਕੇ ਦੇ ਨਾਲ ਮੁਕੱਦਮਾ ਹਾਜ਼ਾ ਵਿੱਚ ਨਾਮਜ਼ਦ ਹੋਣ 'ਤੇ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕਰਨ ਤੋਂ ਬਾਅਦ ਦੋਸ਼ੀਆਂ ਦੇ ਪਾਸੋਂ ਦੌਰਾਨੇ ਪੁਲਿਸ ਰਿਮਾਂਡ ਆਲਾ ਦਰਬ ਹਥਿਆਰ ਜਿਹੜੇ ਬਰਾਮਦ ਕਰਾਏ ਜਾ ਚੁੱਕੇ ਹਨ। ਜੋ ਕਤਲ ਦੀ ਗੁੱਥੀ ਜਿਹੜੀ ਸੁਲਝਾਈ ਗਈ ਹੈ, ਇਸ ਗੱਲ ਵਿੱਚ ਇਸ ਮਾਮਲੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦਾ ਦੋ ਲੜਕੀਆਂ ਦੇ ਪਿਆਰ ਦੇ ਚੱਕਰ ਵਿੱਚ ਜਿਹੜਾ ਅਨਿਕੇਤ ਭੰਡਾਰੀ ਹੈ ਉਹ ਰੋੜਾ ਬਣਦਾ ਸੀ, ਉਹ ਸਿਰਾਂ 'ਚ ਕਰਕੇ ਇਹਨਾਂ ਨੇ ਉਹਨੂੰ ਪਾਸੇ ਕਰਨ ਦੇ ਵਾਸਤੇ ਜਿਹੜਾ ਤੇਜ਼ ਧਾਰ ਧਾਰਾ ਨਾਲ ਗੋਰੀ ਔਰ ਜਿਹੜਾ ਬਾਬਾ ਮੱਟੂ ਹੈ ਉਸਦਾ ਕਤਲ ਕਰ ਦਿੱਤਾ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।